ਜੀਰੋਡਾ ਬਬਾ ਸਵਾਗਤ ਹੈ ਆਪਣੇ ਚੈਨਲ ਦੇ ਉਤੇ ਅੱਜ ਵੀਰਚਾ ਆਪਾਂ ਜਿਹੜੀ ਹੈਗੀ ਵਿਸਟਰ ਵੀਜ਼ਾ ਦੀਆਂ ਅਪਲੀਕੇਸ਼ਨਸ ਦੇ ਬਾਰੇ ਗੱਲ ਕਰਨੀ ਆ ਮੈਂ ਮਾਫੀ ਚਾਹੁੰਨਾ ਕਿ ਲਾਸਟ ਮਨਥ ਆਪਾਂ ਜਿਹੜਾ ਹੈਗਾ ਵਿਸਟਰ ਵੀਜ਼ੇ ਦੇ ਉੱਤੇ ਕੋਈ ਅਪਡੇਟ ਜਿਹੜਾ ਸਾਨੂੰ ਨਹੀਂ ਦੇ ਪਾਏ ਹੈਗੇ ਤੇ ਅੱਜ ਆਪਾਂ ਇਸ ਮਾਸਤੇ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਸਾਰੇ ਜਿਹੜੇ ਅਪਡੇਟ ਨੇ ਜਿਹੜੇ ਹੈਗੇ ਨੇ ਇੱਕ ਵਿਸਟਰ ਵੀਜ਼ਾ ਦੀ ਐਪਲੀਕੇਸ਼ਨ ਤੇ ਦੇਣਾ ਚਾਹਨਾਗਾ ਜਿਹਦੇ ਵਿੱਚ ਆਪਾਂ ਸਕਸੈਸ ਰੇਟ ਦੀ ਗੱਲ ਕਰਾਂਗੇ ਕਿਹੜੇ ਮਹੀਨੇ ਦੇ ਰਿਜ਼ਲਟ ਆ ਰਹੇ ਨੇਗੇ ਕਿਵੇਂ ਦਾ ਜਿਹੜਾ ਟਰੈਂਡ ਚੱਲ ਰਿਹਾ ਉਹ ਹਰ ਇੱਕ ਚੀਜ਼ ਦੀ ਆਪਾਂ ਇਸ ਦੇ ਵਿੱਚ ਗੱਲ ਕਰਨੀ ਹੈਗੀ ਕਿਸ ਕਿਸ ਨੂੰ ਜਿਹੜਾ ਵੀਜ਼ਾ ਦੇਖਣ ਨੂੰ ਮਿਲ ਰਿਹਾ ਤਾਂ ਸਾਨੂੰ ਕਹੂੰਗਾ ਕਿ ਵੀਡੀਓ ਸ਼ੁਰੂ ਤੇ ਲੈ ਕੇ ਕਰਨ ਤੱਕ ਜੁੜਦੇ ਰਹਿਓ ਵੀਡੀਓ ਸਟਿਡੀ ਇਨਫੋਰਮੇਟ ਜਿਹਦੇ ਵਿੱਚ ਮੈਂ ਵਿਜ਼ਟਰ ਵੀਜ਼ ਦੀਆਂ ਜਿਹੜੀਆਂ ਪੀਪੀਆਰ ਜਿਹੜੀਆਂ ਸ਼ੇਅਰ ਕਰਤਾ ਰਹਿਣਾ ਬਟ ਉਸ ਦੇ ਨਾਲ ਹੀ ਜਿਵੇਂ ਕਿਸ ਨੂੰ ਪਤਾ 27 ਲੱਖ ਦਾ ਜਿਹੜਾ ਇੱਕ ਬੈਕਲੌਗ ਆ ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਵਿਜ਼ਟਰ ਵੀਜ਼ ਦੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਗਿਆ ਜੋ ਕਿ ਆਪਣੇ ਰਿਜ਼ਲਟ ਦੀ ਜਿਹੜੀ ਵੇਟ ਕਰ ਰਹੇ ਨੇ ਹੁਣ ਇਸ ਦੇ ਵਿੱਚ ਸਾਨੂੰ ਇੱਕ ਚੀਜ਼ ਕਹਿਣਾ ਚਾਹੂੰਗਾ ਕਿ 2022 ਦੀਆਂ ਐਪਲੀਕੇਸ਼ਨ ਦੇ ਰਿਜ਼ਲਟ ਨੇ ਜਿਹੜੇ ਬਹੁਤ ਵਧੀਆ ਆ ਰਹੇ ਨੇ ਬਹੁਤ ਜ਼ਿਆਦਾ ਜਿਹੜੇ ਆ ਰਹੇ ਨੇ ਕਿ ਜਿਸ ਦੇ ਵਿੱਚ ਮੈਂ ਦੇਖ ਰਿਹਾ ਮਾਰਚ ਅਪ੍ਰੈਲ ਤੇ ਮੇ ਦੇ ਵਧੀਆ ਰਿਜ਼ਲਟ ਆ ਰਹੇ ਨੇ ਉਸ ਦੇ ਨਾਲ ਦਸੰਬਰ ਤੋਂ ਪਹਿਲਾਂ ਦੀਆਂ ਕੁਝ ਐਪਲੀਕੇਸ਼ ਵੀ ਹੈਗਾ ਕਿ ਕੁਝ ਜਿਹੜੀਆਂ 올ਡ ਐਪਲੀਕੇਸ਼ਨ ਨੇ ਜਾਂ ਫਿਰ ਨਿਊ ਐਪਲੀਕੇਸ਼ਨ ਨੇ ਜਨਵਰੀ ਫਰਵਰੀ ਵਿੱਚ ਦੀਆਂ ਲੱਗੀਆਂ ਹੋਈਆਂ ਨੇ ਗਿਆ ਉਹ ਕੁਝ ਵੇਟ ਵੀ ਕਰ ਰਹੇ ਨੇ ਉਹਨਾਂ ਨੂੰ ਕੋਈ ਰਿਸਪੌਂਸ ਵੀ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਦੇ ਵੱਲੋਂ ਨਹੀਂ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਉਹ ਆਪਦੇ ਰਿਜ਼ਲਟ ਨੂੰ ਲੈ ਕੇ ਕਾਫੀ ਜਿਹੜੇ ਡਰੇ ਹੋਏ ਨੇ ਤਾਂ ਉਹਨਾਂ ਨੂੰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਕੈਨੇਡੀਅਨ ਐਂਬੈਸੀ ਹੁਣ ਬਹੁਤ ਵਧੀਆ ਦੇ ਬਹੁਤ ਫਾਸਟਲੀ ਜਿਹੜਾ ਵਰਕ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਤੇ ਹੁਣ ਵਿਸਟਰ ਵੀਜ਼ਾ ਜਿਹੜਾ ਬਹੁਤ ਚੰਗੀ ਤਰ੍ਹਾਂ ਨਾਲ ਇੱਕ ਜਿਹੜਾ ਹੈਗਾ ਪ੍ਰੋਗਰੈਸ ਦੇ ਵਿੱਚ ਚੱਲਿਆ ਗਿਆ ਹੈਗਾ ਹਾਂਜੀ ਮੰਨਦੇ ਆ ਕਿ ਜ ਕਰਨਦਾ ਹੀ ਕਾਰਨ ਹੈ ਕਿ ਬਹੁਤ ਜ਼ਿਆਦਾ ਜਿਹੜੀਆਂ ਐਪਲੀਕੇਸ਼ਨਸ ਲੱਗ ਰਹੀਆਂ ਨੇਗੀਆਂ ਜਿਆਦਾ ਐਪਲੀਕੇਸ਼ਨ ਲੱਗਣ ਦੇ ਕਾਰਨ ਜਿਹੜਾ ਹੈਗਾ ਸਕਸੈਸ ਰੇਟ ਉੱਪਰ نیچے ਜਿਹੜਾ ਜਾਂਦਾ ਹੈਗਾ ਹੁਣ ਅਸੀਂ ਅੱਜ ਆਪਾਂ ਗੱਲ ਕਰਦੇ ਹਾਂ ਕਿਸ ਨੂੰ ਵੀਜ਼ਾ ਮਿਲ ਰਿਹਾ ਕਿਸ ਨੂੰ ਨਹੀਂ ਮਿਲ ਰਿਹਾ ਦੇਖੋ ਇੱਕ ਪ੍ਰੋਫਾਈਲ ਤੇ ਡਿਪੈਂਡ ਹੁੰਦਾ ਹੈ ਵਿਸਟ ਵੀਜ਼ਾ ਕਿ ਕਿਸ ਨੂੰ ਮਿਲਣਾ ਜਾਂ ਕਿਸ ਨੂੰ ਨਹੀਂ ਮਿਲਣਾ ਹੈਗਾ ਮੈਂ ਇਸ ਦੇ ਵਿੱਚ ਫਿਰ ਵੀ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਨ੍ਹਾਂ ਦੀ ਪ੍ਰੋਫਾਈਲ ਚੰਗੀ ਆ ਰਾਂ ਜਿਨ੍ਹਾਂ ਦੇ ਇਹ ਚੀਜ਼ ਤੁਸੀਂ ਆਪਦੀ ਫਾਈਲ ਦੇ ਵਿੱਚ ਵੀਜ਼ਾ ਅਫਸਰ ਨੂੰ ਦੱਸਣ ਦੇ ਵਿੱਚ ਸਹੀ ਸਾਬਿਤ ਹੋਗੇ ਕਿ ਤੁਸੀਂ ਕੈਨੇਡਾ ਤੋਂ ਜਿਹੜਾ ਵਾਪਸ ਆਉਂਗੇ ਜਿਹੜਾ ਪਰਪਸ ਸਿਰਫ ਉੱਥੇ ਵਿਜ਼ਿਟ ਕਰਨਾ ਤੇ ਵਿਜ਼ਿਟ ਕਰਨ ਤੋਂ ਬਾਅਦ ਤੁਸੀਂ ਵਾਪਸ ਆਉਣਾਗਾ ਤਾਂ ਉਹਨਾਂ ਨੂੰ ਸਭ ਨੂੰ ਜਿਹੜਾ ਵੀਜ਼ਾ ਦੇਖਣ ਨੂੰ ਮਿਲ ਰਿਹਾਗਾ ਬਾਕੀ ਜਿਨ੍ਹਾਂ ਦੀ ਐਪਲੀਕੇਸ਼ਨ ਦੇ ਵਿੱਚ ਕੁਝ ਡਾਊਟ ਰਹਿ ਜਾਂਦੇ ਨੇ ਜਾਂ ਪਹਿਲਾਂ ਕੁਝ ਕਮੀਆਂ ਸੀਗੀਆਂ ਉਹ ਕਮੀਆਂ ਦੇ ਕਾਰਨ ਜਿਹੜਾ ਹੈਗਾ ਉਹ ਵੀਜ਼ਾ ਆਫੀਸਰ ਉਹਨੇ ਰਿਫਿਊਜ਼ ਕਰ ਰਿਆ ਤੇ ਦੋ ਦੋ ਤਿੰਨ ਤਿੰਨ ਵਾਰੀ ਜਿਹੜੇ ਆ ਕਿ ਨੇ ਵਿਸਟ ਵੀਜ਼ੇ ਦੀ ਐਪਲੀਕੇਸ਼ਨ ਰਿਫਿਊਜ਼ਡ ਵਾਲੇ ਤੋਂ ਦੁਬਾਰਾ ਐਪਲੀਕੇਸ਼ਨ ਜੁਪਟ ਅਪ ਕਰ ਰਹੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਵੀਜ਼ੇ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਉਹ ਲਾਸਟ ਕੁਝ ਐਪਲੀਕੇਸ਼ਨ ਦੇ ਵਿੱਚ ਜੋ ਗਲਤੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਸੁਧਾਰ ਰਹੇ ਨੇ ਤੇ ਵੀਜ਼ਾ ਆਫੀਸਰ ਅੱਗੋਂ ਉਹਨਾਂ ਨੂੰ ਚੰਗੇ ਰਿਸਪੌਂਸ ਵੀ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਨੇ ਕਿ ਹਨਾ ਕਿ ਉਹਨਾਂ ਨੂੰ ਰਿਜ਼ਲਟ ਨੇ ਜਿਹੜੇ ਚੰਗੇ ਤਬਾਕੀ ਸਾਰਿਆਂ ਨੂੰ ਮੈਂ ਇਹ ਚੀਜ਼ ਕਹਿਣਾ ਚਾਹਾਂਗਾ ਕਿ ਜੋ ਵਿਸਟਰੀ ਵੀਜ਼ਾ ਦੀ ਐਪਲੀਕੇਸ਼ਨ ਨੇ ਉਹਦਾ ਟ੍ਰੈਂਡ ਜਿਹੜਾ ਉਹ ਲਗਭਗ ਐਪਲੀਕੇਸ਼ਨ ਤੋਂ ਐਪਲੀਕੇਸ਼ਨ ਜਿਹੜਾ ਵੈਰੀ ਕਰਦਾ ਹੈਗਾ ਕਿਉਂਕਿ ਜੇਕਰ ਤੁਹਾਡੀ ਐਪਲੀਕੇਸ਼ਨ ਚੰਗੀ ਆ ਤਾਂ ਤੁਹਾਡਾ ਚੰਗਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਜੇਕਰ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਕਮੀ ਆ ਤਾਂ ਤੁਹਾਨੂੰ ਰਿਫਿਊਜ਼ਲ ਵੀਡੀ ਦੇਖਣ ਨੂੰ ਮਿਲ ਸਕਦੀ ਹੈ ਤਾਂ ਉਸ ਦੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਪਹਿਲਾਂ ਸਟੱਡੀ ਪਰਮਿਟ ਲਾਇਆ ਫਿਰ ਉਹਨਾਂ ਨੇ ਵਿਸਟਰੀ ਵੀਜ਼ਾ ਦੀ ਐਪਲੀਕੇਸ਼ਨ ਲਾਈ ਫਿਰ ਵਰਕ ਪਰਮਿਟ ਅਪਲਾਈ ਕੀਤਾ ਤੇ ਫਿਰ ਇਸ ਤੋਂ ਬਾਅਦ ਜਿਹੜਾ ਹੈਗਾ ਵਿਸਟਰੀ ਵੀਜ਼ਾ ਦੀਆਂ ਐਪਲੀਕੇਸ਼ਨਸ ਵਾਸਤੇ ਅਪਲਾਈ ਕੀਤਾ ਤੇ ਹੇਗੀ ਜੇਕਰ ਅਪ ਇਸਦੀ ਪ੍ਰੋਸੈਸਿੰਗ ਟਾਈਮ ਦੀ ਗੱਲ ਕਰਦੇ ਹਾਂ ਓਵਰਆਲ ਕੀ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਚੱਲ ਰਿਹਾ ਕਿੰਨੇ ਟਾਈਮ ਦੇ ਵਿੱਚ ਜਿਹੜੇ ਰਿਜ਼ਲਟ ਦੇਖਣ ਨੂੰ ਮਿਲ ਰਹੇ ਨੇ ਨਾਰਮਲੀ ਜੋ ਨਵੀਆਂ ਐਪਲੀਕੇਸ਼ਨਸ ਲੱਗ ਰਹੀਆਂ ਨੇ 2 ਤੋਂ 3 ਵੀਂ ਜਿਹੜੇ ਐਪਲੀਕੇਸ਼ਨ ਦੇ ਰਿਜ਼ਲਟ ਨੂੰ ਜਿਹੜੇ ਆ ਰਹੇ ਨੇਗੇ ਤੇ ਕੁਝ ਐਪਲੀਕੇਸ਼ਨ ਨੂੰ ਜਿਹੜੇ ਹੈਗੇ ਨੇ 1 ਮੰਥ ਦੇ ਕਰੀਬੀ ਵੀ ਜਿਹੜਾ ਲੱਗ ਰਿਹਾ 1 ਮੰਥ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਨੂੰ ਉਹਨਾਂ ਦੇ ਰਿਸਪੌਂਸ ਆ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਨੇ ਜੋ ਕਿ ਇੱਕ ਬਹੁਤ ਵੱਡੀ ਜਿਹੜੀ ਖੁਸ਼ਖਬਰੀ ਹੋ ਜਾਂਦੀ ਹੈ ਜੋ ਵੀ ਵਿਸਟਰ ਬੀਜ ਨੇ ਐਪਲੀਕੇਸ਼ਨ ਲਗਾਉਣਾ ਚਾ ਕੀ ਕਿਸੇ ਦੀ ਵੀ ਚੱਕ-ਚੱਕ ਜਾ ਕਿਸੇ ਵੀ ਏਜੰਟ ਦੇ ਕਹਿਣ ਤੇ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਪੁੱਟ ਅਪ ਨਾ ਕਰੋ ਕਿ ਹਾਂ ਜੀ ਅਸੀਂ ਵਿਸਟਰੀ ਬੀਜ ਦੀ ਐਪਲੀਕੇਸ਼ਨ ਜਿਹੜੀ ਪੁੱਟ ਅਪ ਕਰਦੀ ਹੈ ਪਹਿਲਾਂ ਆਪਦੇ ਪ੍ਰੋਫਾਈਲ ਚੈੱਕ ਕਰੋ ਹਨ ਕਿ ਤੁਹਾਡੇ ਲਈ ਇੰਨੀ ਕੀ ਜੈਨੂਇਨਿਟੀ ਹੈਗੀ ਹੈ ਕਿ ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਅਪਰੂਵ ਕਰ ਸਕੋ ਕਿ ਤੁਸੀਂ ਕੈਨੇਡਾ ਤੋਂ ਜਿਹੜਾ ਵਾਪਸ ਆਉਂਗੇ ਕਿਉਂਕਿ ਇਸ ਦੇ ਵਿੱਚ ਕੀ ਹੁੰਦਾ ਕਿ ਕੁਝ ਏਜੰਟ ਜਾਂ ਲਾਇਰ ਆਫ ਦੇ ਪੈਸੇ ਬਣਾਉਣ ਦੇ ਖਾਤਰ ਜਿਹੜੇ ਕਿਨ ਐਪਲੀਕੇਸ਼ਨ ਲਗਾਉਂਦੇ ਨੇ ਜਿਵੇਂ ਕਿਸ ਨੂੰ ਪਤਾ ਲਾਸਟ ਟਾਈਮ ਸਪਾਊਸ ਰਿਕਮੈਂਡ ਦੀਆਂ ਐਪਲੀਕੇਸ਼ਨਸ ਨੇ ਕਾਫੀ ਜੋ ਐਪਲੀਕੈਂਟ ਇਹਨਾਂ ਨੇ ਲਗਾਈਆਂ ਸੀ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਰਿਫਿਊਜ਼ਲ ਦੇਖਣ ਨੂੰ ਮਿਲੀ ਸੀ ਤਾਂ ਉਸ ਦੇ ਵਿੱਚ ਕਾਫੀ ਜਿਹੜੀ ਪ੍ਰੋਬਲਮ ਆ ਗਈ ਸੀ ਤਾਂ ਮੈਂ ਸੁਣਿ ਕਹੂੰਗਾ ਕਿ ਜੇਕਰ ਤੁਸੀਂ ਵਿਜ਼ਟਰ ਵੀਜ਼ ਦੀ ਐਪਲੀਕੇਸ਼ਨ ਲਗਾਉਣਾ ਚਾਹੁੰਦੇ ਹੋ ਆਪਦੀ ਐਪਲੀਕੇਸ਼ਨ ਨੂੰ ਜਿਹੜਾ ਪੂਰਾ ਸਟਰੋਂਗ ਕਰੋ ਹਨਾ ਤਾਂ ਕਿ ਵੀਜ਼ਾ ਆਫੀਸਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡੇ ਤੇ ਡਾਊਟ ਨਾ ਰਹੇ ਤੇ ਤੁਹਾਨੂੰ ਜਿਹੜਾ ਵੀਜ਼ਾ ਦੇਖਣ ਨੂੰ ਮਿਲ ਜਾਵੇ ਤਾਂ ਸੋਟਣਾ ਇਹ ਹੀ ਕੁਝ ਵਿਜ਼ਟਰ ਵੀਜ਼ ਦੇ ਜਿਹੜਾ ਅਪਡੇਟ ਜਿਹੜੇ ਸ਼ੇਅਰ ਕਰਨੇ ਸੀਗੇ ਬਾਕੀ ਜੇ ਦੱਸੋ ਵਿਜ਼ਟਰ ਵੀਜ਼ ਦੇ ਉੱਤੇ ਕੀ ਜਿਹੜਾ ਪ੍ਰੋਟੈਕਟਰ ਆਪ ਨੂੰ ਦੇਣਾ ਚਾਹੀਦਾ ਕਿ ਆਪਾਂ ਨੂੰ ਵਿਜ਼ ਕਹਿੰਦਾ ਨਹੀਂ ਕਰ ਸਕਦੇ ਉਸਦਾ ਕੀ ਪ੍ਰੋਸੈਸ ਹੈਗਾ ਉਸਦੇ ਬਾਰੇ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਤਾਂ ਸੋਟਣਾ ਇਹ ਸਭ ਕੁਝ ਸ਼ੇਅਰ ਕਰਨਾ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦਾ ਵੀਡੀਓ ਨੂੰ ਜਰੂਰ ਲਾਈਕ ਕਰਦੇ ਚਾਹੁੰਦੇ ਸਬਸਕ੍ਰਾਈਬ ਕਰਦੇ ਹੋ ਓਕੇ ਜੀ ਥੈਂਕ ਯੂ